ਰਿਹਾ ਲੁੱਟਣ ਵਾਲੀਆਂ ਔਰਤਾਂ ਦਾ ਗਿਰੋਹ। ਬਜ਼ੁਰਗ ਔਰਤ ਨੂੰ ਦੇਖੋ ਕਿਵੇਂ ਬਣਾਇਆ ਨਿਸ਼ਾਨਾ। ਬਜ਼ੁਰਗ ਨੂੰ ਦੱਸਿਆ ਆਪਣਾ ਰਿਸ਼ਤੇਦਾਰ। ਬਹਾਨੇ ਨਾਲ ਗੱਡੀ ਕੋਲ ਬੁਲਾ ਕੇ ਉਤਾਰ ਲਈਆਂ ਸੋਨੇ ਦੀਆਂ ਚੂੜੀਆਂ। ਔਰਤ ਨੂੰ ਨਹੀਂ ਲੱਗਣ ਦਿੱਤਾ ਪਤਾ। ਲੁਟੇਰੀ ਮਹਿਲਾ ਦੇ ਵੱਲੋਂ ਇੱਕ ਬਜ਼ੁਰਗ ਦੀਆਂ ਸੋਨੇ ਦੀ ਚੂੜੀਆਂ ਹੀ ਉਸਦੇ ਹੱਥਾਂ ਦੇ ਵਿੱਚੋਂ ਕੱਢ ਲਈਆਂ ਗਈਆਂ। ਲਗਾਤਾਰ ਸ਼ਹਿਰ ਦੇ ਵਿੱਚ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਦੇ ਕਾਰਨ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ, ਪਰ ਪੁਲਿਸ ਅਜੇ ਲੁਟੇਰਿਆਂ ਨੂੰ ਫੜਨ 'ਚ ਕਾਮਯਾਬ ਨਹੀਂ ਹੋਈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਲੁਟੇਰਿਆਂ ਨੇ ਇਸ ਬਜ਼ੁਰਗ ਨੂੰ ਆਪਣਾ ਨਿਸ਼ਾਨਾ ਕਿਵੇਂ ਬਣਾਇਆ। ਦਰਅਸਲ ਬਜ਼ੁਰਗ ਔਰਤ ਜਦੋਂ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਬਜ਼ੁਰਗ ਕੋਲ ਆ ਕੇ ਰੁਕ ਜਾਂਦੀ ਹੈ। ਕਾਰ 'ਚ ਇੱਕ ਆਦਮੀ ਬੈਠਾ ਹੁੰਦਾ ਹੈ ਜੋ ਬਜ਼ੁਰਗ ਨਾਲ ਗੱਲਬਾਤ ਕਰਨੀ ਸ਼ੁਰੂ ਕਰਦਾ ਹੈ। ਇੰਨੇ ਨੂੰ ਪਿੱਛੇ ਸੀਟ 'ਤੇ ਇੱਕ ਔਰਤ ਬੈਠੀ ਹੁੰਦੀ ਹੈ ਜੋ ਹਾਸੇ ਮਖੌਲ 'ਚ ਬਜ਼ੁਰਗ ਔਰਤ ਦੇ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ ਅਤੇ ਆਖਿਰ ਗੱਡੀ ਦੇ ਵਿੱਚੋਂ ਉਤਰ ਕੇ ਬਜ਼ੁਰਗ ਮਹਿਲਾ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਹੈ ਅਤੇ ਕਹਿੰਦੀ ਹੈ, ਤੁਸੀਂ ਸਾਡੀ ਜਾਣ ਪਹਿਚਾਣ ਦੇ ਹੋ, ਮੈਂ ਤੁਹਾਨੂੰ ਪਹਿਚਾਣ ਲਿਆ। ਇੰਨਾ ਕਹਿ ਕੇ ਉਹ ਬਜ਼ੁਰਗ ਔਰਤ ਨੂੰ ਜੱਫੀ ਪਾਉਂਦੀ ਹੈ ਅਤੇ ਮੁੜ ਆਪਣੀ ਗੱਡੀ 'ਚ ਜਾ ਬੈਠਦੀ ਹੈ ਅਤੇ ਪਾਣੀ ਪੀਣ ਦੀ ਡਿਮਾਂਡ ਕਰਦੇ ਨੇ ਕਿ ਤੁਸੀਂ ਘਰ ਤੋਂ ਲਿਆ ਕੇ ਪਾਣੀ ਪਿਲਾ ਦਿਓ, ਪਰ ਅਸੀਂ ਘਰ ਦੇ ਅੰਦਰ ਨਹੀਂ ਆਉਣਾ। ਇੰਨਾ ਸੁਣ ਕੇ ਜਦੋਂ ਬਜ਼ੁਰਗ ਆਪਣੇ ਘਰ ਵੱਲ ਨੂੰ ਪਾਣੀ ਲੈਣ ਲਈ ਮੁੜਦੀ ਹੈ ਅਤੇ ਆਪਣੇ ਗੇਟ ਕੋਲ ਪਹੁੰਚਦੀ ਹੈ, ਇੰਨੇ ਨੂੰ ਹੀ ਉਹ ਲੁਟੇਰਿਆਂ ਦੇ ਵੱਲੋਂ ਗੱਡੀ ਸਟਾਰਟ ਕਰਕੇ ਭਜਾ ਲਈ ਜਾਂਦੀ ਹੈ ਤੇ ਉਹ ਲੁਟੇਰੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। ਬਜ਼ੁਰਗ ਔਰਤ ਦੇ ਦੱਸਣ ਦੇ ਮੁਤਾਬਿਕ ਜਦੋਂ ਉਹ ਘਰ ਦੇ ਅੰਦਰ ਜਾਂਦੀ ਹੈ, ਉਸ ਨੂੰ 10 ਮਿੰਟਾਂ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸਦੇ ਬਾਂਹ ਦੇ ਵਿੱਚੋਂ 2 ਸੋਨੇ ਦੀਆਂ ਚੂੜੀਆਂ ਗਾਇਬ ਨੇ ਅਤੇ ਜਦੋਂ ਉਹ ਬਾਹਰ ਆ ਕੇ ਦੁਬਾਰਾ ਦੇਖਦੀ ਹੈ, ਰੋਲਾ ਪਾਉਂਦੀ ਹੈ, ਉਦੋਂ ਤੱਕ ਲੁਟੇਰੇ ਉਸ ਥਾਂ ਤੋਂ ਰਫੂ ਚੱਕਰ ਹੋ ਜਾਂਦੇ ਨੇ। ਦੱਸਣਾ ਬਣਦਾ ਕਿ ਇੱਕ ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਵੀ ਸਾਹਮਣੇ ਆਇਆ ਸੀ ਜਦੋਂ ਇੱਕ ਮਹਿਲਾ ਦੀਆਂ ਵਾਲੀਆਂ ਲੁਟੇਰੀ ਔਰਤਾਂ ਵੱਲੋਂ ਕੰਨਾਂ ਦੇ ਵਿੱਚੋਂ ਉਤਾਰ ਲਈਆਂ ਗਈਆਂ ਸਨ ਅਤੇ ਹੁਣ ਇਹ ਗਿਰੋਹ ਨੰਗਲ ਪਹੁੰਚ ਚੁੱਕਾ ਜੋ ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਅਤੇ ਇਹ ਮਾਸਟਰਮਾਈਂਡ ਲੁਟੇਰੀ ਔਰਤਾਂ ਮਹਿਲਾਵਾਂ ਨੂੰ ਆਪਣਾ ਰਿਸ਼ਤੇਦਾਰ ਦੱਸ ਕੇ ਆਪਣਾ ਕੰਮ ਕਰ ਜਾਂਦੀਆਂ ਨੇ। ਇਸ ਖ਼ਬਰ ਨੂੰ ਦੇਖਣ ਤੋਂ ਬਾਅਦ ਹਰ ਉਸ ਵਿਅਕਤੀ, ਖ਼ਾਸ ਕਰ ਮਹਿਲਾਵਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਹ ਲੁਟੇਰੀ ਔਰਤਾਂ ਦਾ ਗਿਰੋਹ ਹਰ ਜਗ੍ਹਾ ਤੇ ਘੁੰਮ ਰਿਹਾ ਤੇ ਭੋਲੀ ਭਾਲੀ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ। ਇਸ ਲਈ ਜ਼ਰੂਰੀ ਹੈ ਕਿ ਕਿਸੇ ਅਣਜਾਣ ਵਿਅਕਤੀ ਜਾਂ ਮਹਿਲਾ ਕੋਲ ਨਾ ਖੜੋ ਜੋ ਤੁਹਾਨੂੰ ਆਪਣਾ ਰਿਸ਼ਤੇਦਾਰ ਦੱਸ ਰਿਹਾ ਹੋਵੇ, ਨਹੀਂ ਤਾਂ ਇਹ ਭਾਣਾ ਤੁਹਾਡੇ ਨਾਲ ਵੀ ਵਾਪਰ ਸਕਦਾ ਹੈ। ਮੇਰਾ ਨਾਮ ਪੁਸ਼ਪਾ। ਪੁਸ਼ਪਾ, ਦੱਸੋ ਕੀ ਹੋਇਆ, ਕੀ ਹੈ, ਪੂਰੀ ਵਾਰਦਾਤ ਕਿੱਦਾਂ ਹੋਈ ਸੀ? ਬਸ ਮੈਂ ਸੈਰ ਕਰਦੀ ਪਈ ਸੀਗੀ, 2 ਗੱਡੀਆਂ ਇਕੱਠੀਆਂ ਆ ਗਈਆਂ, ਫਿਰ ਡਗਾ ਟਾਈਟ ਸੀਗੀ, ਮੈਂ ਹੱਥ ਕੀਤਾ ਉਸ ਗੱਡੀ ਨੂੰ ਅਤੇ ਮੈਂ ਇੱਧਰ ਹੋ ਗਈ ਹਸਪਤਾਲ ਵਾਲੀ ਸਾਈਡ 'ਤੇ। ਉਹ ਗੱਡੀ ਆਈ ਤਾਂ ਆ ਕੇ ਰੁਕ ਗਈ, ਰੁਕੀਏ ਅਤੇ ਮੈਨੂੰ ਅੱਗੇ ਜਿਹੜੀ ਬੈਠੀ ਸੀਗੀ ਨਾ, ਕਹਿੰਦੇ ਆਂਟੀ ਜੀ ਨਮਸਤੇ ਨਮਸਤੇ, ਮੈਂ ਕਿਹਾ ਨਮਸਤੇ। ਪਿੱਛੇ ਇੱਕ ਹੋਰ ਬੈਠੀ ਸੀਗੀ, ਕਹਿੰਦੇ ਮਾਤਾ ਜੀ ਨੂੰ ਮਿਲੋ, ਮੈਂ ਨਮਸਤੇ ਗੇਟ ਖੋਲਿਆ ਨੇ, ਮੈਂ ਨਮਸਤੇ ਕਰ ਦਿੱਤੀ, ਕਹਿੰਦੀ ਨਹੀਂ ਮੈਂ ਜੱਫੀ ਪਾ ਕੇ ਮਿਲ। ਫਿਰ ਮੈਂ ਇੱਕ ਹੱਥ ਇੱਦਾਂ ਕੀਤਾ, ਕਹਿੰਦੀ ਨਹੀਂ ਪੂਰੀ ਜੱਫੀ ਪਾ, ਕਹਿੰਦੀ ਮੈਨੂੰ। ਫਿਰ ਮੈਂ ਦੋਨੋਂ ਹੱਥ ਕਰ ਲਏ ਅਤੇ ਜਾਣ ਪਛਾਣ ਮੇਰੇ ਨਹੀਂ ਸੀਗਾ, ਮੈਂ ਕਿਉਂ ਕਹਾਂ, ਅਤੇ ਜਿੱਦਾਂ ਮੈਂ ਦੋਨੋਂ ਹੱਥ ਪਿੱਛੇ ਮੈਂ ਸਿਰ ਦੇਖਿਆ, ਮੈਨੂੰ ਇਹ ਨਹੀਂ ਪਤਾ ਬਈ ਜੈਂਟਸ ਸੀ ਜਾਂ ਲੇਡੀ ਸੀਗੀ, ਸਿਰ ਮੈਨੂੰ ਜ਼ਰੂਰ ਇੱਦਾਂ ਉੱਪਰ ਨਜ਼ਰ ਆਇਆ। ਅਤੇ ਉਹ ਫਿਰ ਅੱਗੇ ਜਿਹੜੀ ਬੈਠੀ ਸੀ, ਮੈਂ ਗਿਲਾਸ ਦਿੰਦੀ ਹੈ, ਕਹਿੰਦੀ ਆਂਟੀ ਜੀ ਗਿਲਾਸ ਪਾਣੀ ਲਿਆ ਦਿਓ। ਮੈਂ ਕਿਹਾ ਅੱਛਾ, ਹਜੇ ਮੈਂ ਗਿਲਾਸ ਪਕੜਿਆ ਨਹੀਂ, ਇਹਨੂੰ ਤਾਂ ਕੋਈ ਗੱਡੀ ਚਲਾ ਦਿੱਤੀ। ਉਸ ਵੇਲੇ ਕੋਈ ਪਤਾ ਨਹੀਂ ਲੱਗਿਆ ਮੇਰੇ ਹੱਥ 'ਤੇ ਚੂੜੀ ਹੈ ਜਾਂ ਨਹੀਂ ਹੈ। ਫਿਰ ਮੈਂ ਉੱਥੋਂ ਚੱਲ ਕੇ 10 ਮਿੰਟ ਸਮਝ ਲਾ ਇਹ ਲਾਗੋ ਮੈਂ ਇਸ ਘਰ ਤੱਕ ਗਈ ਹਾਂ।
ਵਾਪਸ ਆਈਆਂ ਨਾ, ਇੱਥੇ ਆਪਣੀ ਪੌੜੀ ਚੜ੍ਹਨ ਲੱਗੀਆਂ ਤੇ ਮੇਰੀ ਨਜ਼ਰ ਪਈ ਹੈ ਮੇਰੀ ਚੂੜੀਆਂ ਨੇ, ਪਤਾ ਹੀ ਲੱਗਾ, ਮੈਨੂੰ ਨਹੀਂ ਪਤਾ ਲੱਗਿਆ। ਤੁਹਾਨੂੰ ਦੱਸਿਆ ਕੋਈ ਮੇਰੇ ਤੁਹਾਡੇ ਰਿਸ਼ਤੇਦਾਰ ਹੈ ਕੁਛ ਐਸਾ ਜੋ? ਨਾ ਕੋਈ ਰਿਸ਼ਤੇਦਾਰ ਹੈ ਹੀ ਨਹੀਂ, ਨਾ ਕੋਈ ਜਾਣ ਪਛਾਣ ਸੀ। ਉਹਨੇ ਆਪਣੇ ਆਪ ਨੂੰ ਕੋਈ ਦੱਸਿਆ ਹੋਵੇ ਮੈਂ ਤੁਹਾਡੇ ਰਿਸ਼ਤੇਦਾਰ? ਨਾ, ਮੈਂ ਉਹਨੂੰ ਕੋਈ ਰਿਸ਼ਤੇਦਾਰ ਨਹੀਂ ਦੱਸੀ। ਹਾਂ ਬਾਈ ਕੀ ਜੱਫੀ ਬਾਰੇ ਮਿਲ ਲਓ। ਹਾਂ ਤੁਸੀਂ ਮਿਲੇ, ਮੈਂ ਇਦਾਂ ਨਮਸਤੇ ਕੀਤੀ ਹੈ ਨਾ ਮੈਂ ਤਾਂ, ਤੇ ਮੈਂ ਇੱਕ ਹੱਥ ਕਰ ਦਿੱਤਾ ਤੇ ਕਹਿੰਦੀ ਨੇ ਦੋਨੋਂ ਹੱਥ, ਕਹਿੰਦੀ ਮੈਨੂੰ ਜੱਫੀ ਪਾ ਕੇ ਮਿਲ। ਮੈਂ ਕਿੰਨੇ ਲੋਕ ਸੀ ਗੱਡੀ ਵਿੱਚ? ਦੋ ਤਾਂ ਅੱਗੇ ਸੀਗੇ, ਇੱਕ ਵੀ ਜਿਹੜੀ ਥੋੜੀ ਬਜ਼ੁਰਗ ਸੀਗੀ 50-60 ਸਾਲ ਦੀ ਏਜ ਸੀਗੀ, ਜਿਹੜੇ ਪਿੱਛੇ ਉਹ ਮੈਂ ਉਹਦੀ ਸ਼ਕਲ ਨਹੀਂ ਦੇਖੀ, ਸਿਰਫ ਸਿਰ ਦੇਖਿਆ, ਸਿਰ ਉੱਪਰ ਕੀਤਾ ਉਹਨੇ। ਹਾਂ ਬਸ ਮਾਤਾ ਜੀ ਸਾਡੇ ਨਾ ਨਾਸ਼ਤਾ ਕਰਕੇ ਸੈਰ ਕਰਨ ਨਿਕਲੇ ਸੀ, 10:15 ਔਰ 10:30 ਦੇ ਵਿੱਚ ਦਾ ਟਾਈਮ ਸੀਗਾ, ਤੇ ਇੱਕਦਮ ਉਧਰੋਂ ਗੱਡੀ ਆਈ ਤੇ ਮਾਤਾ ਜੀ ਨੂੰ ਉਹਨਾਂ ਨੇ ਕਿਹਾ ਕਿ ਅੰਦਰ ਤੁਸੀਂ ਇਹਨਾਂ ਨੂੰ ਮਿਲੋ, ਤੁਹਾਡੇ ਰਿਸ਼ਤੇਦਾਰ ਹੈ। ਮਾਤਾ ਜੀ ਨੇ ਜਿੱਦਾਂ ਹੀ ਅੰਦਰ ਨੂੰ ਹੱਥ ਕੀਤੇ, ਸ਼ਾਇਦ ਉਹਨਾਂ ਨੇ ਇਹਨਾਂ ਦੀਆਂ ਦੋਨੋਂ ਚੂੜੀਆਂ ਕੱਟਣਾ। ਤੇ ਚੂੜੀਆਂ ਕੱਟ ਕੇ ਉਹ ਫਰਾਰ ਹੋ ਗਏ। ਮਾਤਾ ਜੀ ਨੂੰ ਵੀ 5-10 ਮਿੰਟ ਬਾਅਦ ਹੀ ਪਤਾ ਲੱਗ ਗਿਆ ਕਿ ਉਹਨਾਂ ਨੇ ਚੂੜੀਆਂ ਕੱਟ ਲਈਆਂ ਉਹਨਾਂ ਦੀਆਂ। ਪੁਲਿਸ ਕੋਲ ਰਿਪੋਰਟ ਕਰਾਤੀ ਜੀ ਆਪਾਂ, ਪੁਲਿਸ ਵਾਲੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ, ਰਿਪੋਰਟ ਉਹਨਾਂ ਨੇ ਲਿਖ ਲਈ ਹੈ। ਸੀਸੀਟੀਵੀ ਖਵਾਜਾ ਪੀਰ ਮੰਦਰ ਦਾ ਲੱਗਿਆ ਜੀ ਸਾਹਮਣੇ, ਉਸ ਤੋਂ ਬਾਅਦ ਕਮਿਊਨਿਟੀ ਹਾਲ ਦਾ ਸੀਸੀਟੀਵੀ ਲੱਗਿਆ ਜੀ, 2 ਸੀਸੀਟੀਵੀ ਆਸੇ ਪਾਸੇ ਹੋਰ ਸੀਸੀਟੀਵੀ ਨੇ ਜੀ। ਹਾਂਜੀ, ਅਸੀਂ ਮੌਕੇ ਵਾਰਦਾਤ 'ਤੇ ਜਾ ਕੇ ਸਾਰਾ ਅਸੀਂ ਦੇਖ ਲਿਆ ਹੈਗਾ, ਸੀਸੀਟੀਵੀ ਵੀ ਅਸੀਂ ਚੈੱਕ ਕਰ ਲਏ, ਸਾਡੇ ਕੋਲ ਐਵੀਡੈਂਸ ਆ ਗਿਆ ਹੈਗਾ ਜੀ ਕਿ ਵੀ ਉਹਦੇ ਵਿੱਚ ਵਹੀਕਲ ਕਿਹੜਾ ਹੈਗਾ, ਐਂਡ ਹਲੇ ਵੀ ਅਸੀਂ ਇੱਕ ਦੋ ਜਿਹੜੇ ਸਾਨੂੰ ਸ਼ੱਕੀ ਜੋ ਵਿਅਕਤੀ ਹੈਗੇ ਹੈ ਜੋ ਪਹਿਲਾਂ ਵੀ ਇਹ ਵਾਰਦਾਤ ਕਰ ਚੁੱਕੇ ਹੈ ਅਸੀਂ ਦੇਖ ਰਹੇ ਹੈਗੇ ਹੈ। ਹੁਣ ਆਉਣ ਵਾਲੇ ਜਿਹੜਾ ਟਾਈਮ ਜਿਹੜਾ ਕੱਲ੍ਹ ਦਾ ਜਾਂ ਅੱਜ ਦਾ ਹੈਗਾ, ਇਸ ਦੇ ਵਿੱਚ ਅਸੀਂ ਇਸ ਨੂੰ ਕਲੀਅਰ ਕਰ ਦਾਂਗੇ ਸਾਨੂੰ ਹੋਪ ਹੈਗੀ ਹੈ। ਤੇ ਸਰ ਆਉਣ ਵਾਲੇ ਹਫ਼ਤੇ ਦੇ ਵਿੱਚ ਵਿੱਚ ਇੱਦਾਂ ਦੀਆਂ ਘਟਨਾਵਾਂ ਵੱਧ ਗਈਆਂ ਸ਼ਹਿਰ ਵਿੱਚ? ਹਾਂਜੀ ਹਾਂਜੀ, ਉਹ ਐਕਚੁਅਲੀ ਕੀ ਹੈ ਕਿ ਵੀ ਜਿਸ ਤਰ੍ਹਾਂ ਹੋਲਾ ਮਹੱਲਾ ਨਿਕਲਿਆ ਹੈਗਾ ਜੀ, ਹੁਣ ਵਿਸਾਖੀ ਹੈ, ਜਿਹੜੇ ਲੋਕ ਜਿਸ ਤਰ੍ਹਾਂ ਆ ਰਹੇ ਆ ਜਾ ਰਹੇ ਆ, ਉਹਨਾਂ 'ਚ ਕ੍ਰਿਮੀਨਲ ਬੈਕਗਰਾਊਂਡ ਦੇ ਬੰਦੇ ਆ ਜਾ ਰਹੇ ਹੈਗੇ ਆ, ਜਿਹੜੇ ਕਿ ਵੀ ਰਸਤੇ ਜਿੱਦਾਂ ਦੇਖਦੇ ਹੈ ਕਿ ਕੋਈ ਟਾਰਗੇਟ ਈਜ਼ੀ ਹੈਗਾ ਉਸ 'ਤੇ ਉਸੇ ਟਾਈਮ, ਕਿਉਂਕਿ ਉਹਨਾਂ ਦਾ ਮਾਈਂਡ ਜਿਹੜਾ ਹੁੰਦਾ ਹੈਗਾ ਉਹ ਇਹ ਨਹੀਂ ਕਿ ਵੀ ਉੱਥੇ ਜਾ ਕੇ ਹੀ ਵਾਰਦਾਤ ਕਰਨਗੇ, ਉਹਨਾਂ ਦਾ ਮਾਈਂਡ ਸੈੱਟ ਇਹ ਹੁੰਦਾ ਕਿ ਵੀ ਜਿੱਥੇ ਰਸਤੇ 'ਚ ਉਹਨਾਂ ਨੂੰ ਈਜ਼ੀ ਟਾਰਗੇਟ ਹੋ ਗਿਆ ਉੱਥੇ ਹੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ। ਸਰ ਇੱਦਾਂ ਦੀ ਜਿਹੜੀਆਂ ਘਟਨਾ ਜੋ ਅੱਜ ਹੋਈ ਹੈ ਜੀ, ਇਹ ਪੰਜਾਬ 'ਚ ਇੱਦਾਂ ਦੀ ਘਟਨਾ ਕਈ ਪਾਸੇ ਹੋ ਰਹੀ ਹੈ, ਲੋਕੀ ਅਵੇਅਰ ਨਹੀਂ ਹੋ ਰਹੇ, ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਐਕਚੁਅਲੀ ਦੇਖੋ ਜੀ, ਜਿਹੜੀ ਅੱਜ ਦੀ ਵਾਰਦਾਤ ਹੋਈ ਹੈ ਬੜੀ ਮੰਦਭਾਗੀ ਹੈਗੀ ਸੀ, ਉਹਦੇ 'ਚ ਬਜ਼ੁਰਗ ਸੀ, ਆਈ ਥਿੰਕ 80+ ਦੇ ਹੋਣੇ, ਅਤੇ ਉਹਨਾਂ ਨੇ ਜੋ ਮੈਨੂੰ ਦੱਸਿਆ ਕਿ ਵੀ ਗੱਡੀ ਰੁਕੀ ਹੈ, ਗੱਡੀ ਰੁਕ ਕੇ ਕੋਈ ਅਨਨੋਨ ਪਰਸਨ ਸੀਗੇ ਉਹ, ਉਹਨਾਂ ਨੇ ਕਿਹਾ ਜੀ ਮਾਤਾ ਜੀ ਆਹ ਤੁਹਾਡੇ ਜਾਣੂ ਹੈਗੇ, ਜਾਣ ਤੁਹਾਡੇ ਨਾਲ ਮਿਲਣਾ ਚਾਹੁੰਦੇ ਹੈਗੇ ਆ, ਅਤੇ ਜਦੋਂ ਉਹਨਾਂ ਨਾਲ ਉਹ ਜੱਫੀ ਪਾ ਕੇ ਮਾਤਾ ਜੀ ਮਿਲ ਰਹੇ ਹੈਗੇ ਆ, ਤਾਂ ਜਿਸ ਨੂੰ ਤੁਸੀਂ ਜਾਣਦੇ ਨੂੰ, ਪਹਿਲੀ ਗੱਲ ਤਾਂ ਜੀ ਤੁਹਾਨੂੰ ਉੱਥੇ ਰੁਕਣ ਦੀ ਲੋੜ ਹੀ ਨਹੀਂ ਹੈਗੀ ਹੈ, ਅਤੇ ਦੂਜੀ ਗੱਲ ਜੇ ਤੁਸੀਂ ਉਸ ਨੂੰ ਨਹੀਂ ਜਾਣਦੇ, ਤੁਹਾਡੇ ਅੱਗੇ ਤੁਸੀਂ ਰੁਕ ਵੀ ਗਏ ਹੋ, ਤਾਂ ਤੁਸੀਂ ਉੱਥੇ ਇਹ ਹਾਲਾਤ ਇਹੋ ਜਿਹੇ ਨਾ ਬਣਨ ਜਿਹਦੇ 'ਚ ਤੁਸੀਂ ਜੱਫੀ ਪਾਓ। ਜੱਫੀ ਪਾਈ ਉਹਨਾਂ ਨੇ, ਕੁਛ ਸੰਘਾ ਕੇ ਅੰਦਰ ਵੀ ਲੈ ਕੇ ਜਾਵੇ, ਕੁਛ ਇਹੋ ਜਿਹੀ ਮੰਦਭਾਗੀ ਹੋਰ ਵੱਡੀ ਵਾਰਦਾਤ ਕਰ ਸਕਦੇ ਸੀਗੇ ਕਿ ਜਿਹਦੇ ਨਾਲ ਉਹਨਾਂ ਦੇ ਕੋਈ ਅਟੈਕ ਕਰ ਸਕਦੇ ਸੀ, ਜਾਂ ਮੂੰਹ 'ਤੇ ਕੱਪੜਾ ਰੱਖ ਕੇ ਉਹਨਾਂ ਨੂੰ ਅੰਦਰ ਗੱਡੀ ਦੇ ਵਿੱਚ ਕਰਕੇ, ਤਾਂ ਇਨ ਦਾ ਸੈਂਸ ਕਿ ਵੀ ਇਹ ਹੈਗਾ ਕਿ ਲੋਕਾਂ ਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਹੈਗਾ। ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਵੀ ਜਦ ਤੁਹਾਨੂੰ ਕੋਈ ਇਹੋ ਜਿਹੇ ਵਿਅਕਤੀ ਕਿਸੇ ਗੱਡੀ ਜਾਂ ਕਿਸੇ ਮੋਟਰਸਾਈਕਲ ਬਾਈਕ 'ਤੇ ਲੱਗਦੇ ਹੈਗੇ ਆ, ਉਹ ਜਿਹਦਾ ਮੂੰਹ ਬੰਨਿਆ ਹੋਇਆ ਹੈਗਾ, ਜਾਂ ਗੱਡੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਵੀ ਕੋਈ ਲੋਕ ਜਿਹੜੇ ਹੈਗੇ ਆ ਕਿ ਵੀ ਜੋ ਸ਼ੱਕੀ ਹੈਗੇ ਆ,
ਮੈਂ ਤਾਂ ਆਪਣਾ ਪੂਰੇ ਸ਼ਹਿਰ ਨੂੰ ਆਪਣਾ ਪਰਸਨਲ ਨੰਬਰ ਦਿੱਤਾ ਹੋਇਆ ਹੈਗਾ ਕਿ ਤੁਹਾਡੇ ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ, ਕਿ ਵੀ ਤੁਸੀਂ ਸਿੱਧਾ ਮੈਨੂੰ ਕਾਲ ਕਰੋ, ਸਿੱਧਾ ਮੈਨੂੰ ਕਾਲ ਕਰੋ ਵੀ ਫਲਾਣੇ ਬੰਦੇ ਇਹੋ ਜਿਹੇ ਲੱਗ ਜਾਪਦੇ ਹੈਗੇ ਆ। ਤਾਂ ਉਹ ਪੁਲਿਸ ਦੀ ਇਹਦੇ ਵਿੱਚ ਹਰ ਕਿਸੇ ਨੂੰ ਪੁਲਿਸ ਦੇ ਨਾਲ ਜੁੜ ਕੇ ਚੱਲਣਾ ਪੈਣਾ ਹੈਗਾ ਜੀ। ਜੇ ਤੁਹਾਨੂੰ ਤੁਹਾਡੇ ਏਰੀਏ 'ਚ ਲੱਗਦਾ ਕਿ ਕੋਈ ਬੰਦਾ ਕਿੱਥੇ ਕਿਰਾਏ 'ਤੇ ਰਹਿ ਰਿਹਾ ਜਿਹੜਾ ਕਿ ਵੀ ਇੱਥੇ ਦਾ ਨਹੀਂ ਜਾਪਦਾ, ਜਿਹੜਾ ਕਿ ਸ਼ੱਕੀ ਹੋ ਸਕਦਾ, ਉਹਦਾ ਵੀ ਸਾਨੂੰ ਦੱਸਣ ਜੀ। ਹਾਂਜੀ ਹਾਂਜੀ, ਸਾਨੂੰ ਸੂ ਲੱਗੀ ਹੈਗੀ ਹੈ ਜੀ। ਅਸੀਂ ਬਿਲਕੁਲ ਦੇਖੋ, ਇਹ ਮੈਂ ਤੁਹਾਨੂੰ ਹਲੇ ਤਾਂ ਇਸ 'ਚ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ, ਬਟ ਮੈਨੂੰ ਸਾਨੂੰ ਇਹ ਹੋ ਗਿਆ ਪਤਾ ਲੱਗ ਗਿਆ ਤਕਰੀਬਨ ਕਿ ਵੀ ਇਸ ਟਾਈਪ ਦੀ ਗੱਡੀ ਹੈਗੀ ਹੈ। ਅਤੇ ਪਹਿਲਾਂ ਵੀ ਉਹਨਾਂ ਨੇ ਮੇਰੇ ਖਿਆਲ ਤੋਂ ਜੇ ਸਾਡੀ ਉਹ ਹੈਗੀ ਹੈ ਤਾਂ ਕੁਛ ਇਹ ਕੋਈ ਪ੍ਰੋਫੈਸ਼ਨਲ ਹੈਗੇ ਆ, ਇਹ ਕੋਈ ਰਾਹ ਚੱਲਦੇ ਨਹੀਂ ਹੈਗੇ। ਲੋਕਾਂ ਨੂੰ ਇਹੀ ਅਪੀਲ ਹੈਗੀ ਹੈ ਜੀ ਕਿ ਲੋਕ ਜਿਹੜੇ ਜੇ ਕਿੱਥੇ ਇਹੋ ਜਿਹੀ ਲੱਗਦੇ ਆ ਲੋਕ ਖੜ੍ਹੇ ਹੈਗੇ ਆ, ਜਾਂ ਕੋਈ ਸ਼ੱਕੀ ਬਾਈਕ 'ਤੇ ਹੋਣ ਜਾਂ ਗੱਡੀ 'ਤੇ ਹੋਣ ਜਾਂ ਬੱਸ 'ਚ ਹੋਣ, ਉਹਦੀ ਇਤਲਾਹ ਪੁਲਿਸ ਨੂੰ ਦੇਣ। ਅਤੇ ਦੂਜਾ ਕਿ ਵੀ ਜੇ ਤੁਹਾਨੂੰ ਕੋਈ ਇਹੋ ਜਿਹਾ ਸ਼ਖਸ ਬੁਲਾਉਂਦਾ ਹੈਗਾ ਕਿ ਵੀ ਜਿਸ ਤਰ੍ਹਾਂ ਅੱਜ ਘਟਨਾ ਹੋਈ ਰਸਤੇ ਬਾਹਾਂ ਪੁੱਛਣ ਦੇ ਬਹਾਨੇ ਜਾਂ ਕੁਛ ਵੀ, ਤਾਂ ਉਹ ਥੋੜ੍ਹੀ ਦੂਰੀ ਉਸ 'ਚ ਰੱਖਣ ਦੱਸਦੇ ਜਾਂ ਪੁੱਛਦੇ ਹੋਏ। ਅਤੇ ਜੇ ਤੁਹਾਨੂੰ ਸ਼ੱਕੀ ਲੱਗਦਾ ਤਾਂ ਪਿੱਛੇ ਹਟ ਜਾਓ, ਅਤੇ ਖਾਸ ਕਰ ਤੁਹਾਡੇ ਆਸ ਪਾਸ ਇੱਕ ਦੋ ਲੋਕ ਹੋਣ ਜਿਨ੍ਹਾਂ ਤੁਸੀਂ ਰੋਕ ਸਕਦੇ ਹੋ, ਤਾਂ ਕਿ ਇਹ ਘਟਨਾਵਾਂ ਜਿਹੜੀਆਂ ਇਹ ਅੰਜਾਮ ਨਾ ਦੇ ਸਕਣ।